स्टूडेंट्स हुन आपां करन जा रहे हैं रोल्स थ्योरम ते बेस्ड क्वेश्चंस द लेक्चर फोर्थ इहदे च आपां डिस्कस करांगे एनसीईआरटी दी एक्सरसाइज 5.8 ते क्वेश्चन जिहड़े कि रोल्स थ्योरम ते बेस्ड है। फर्स्ट क्वेश्चन देखते हैं, वेरीफाई रोल्स थ्योरम फॉर एफ ऑफ एक्स इज इक्वल टू एक्स स्क्वायर प्लस 2x माइनस 8 ओन क्लोज्ड इंटरवल माइनस 4 टू 2। पहला फंक्शन लिख लिया आपां, क्लोज्ड इंटरवल लिख लिया, फंक्शन नूं आपां रिकॉग्नाइज कर लिया कि ये पॉलीनोमियल फंक्शन है। पॉलीनोमियल फंक्शन की है, एवरीवेयर कॉन्टीन्यूअस भी है ते एवरीवेयर डिफरेंशिएबल भी है। अपने वीडियोस तुसीं देख रहे हो आई बटन ते क्लिक करके कि कड़े-कड़े फंक्शंस जिहड़े आपां एवरीवेयर कॉन्टीन्यूअस ते एवरीवेयर डिफरेंशिएबल लिखे सीगे वो तुसीं चेक कर सकते हो। ਤਾਂ ਜੇ ਇਹ ਫੰਕਸ਼ਨ ਹੈ ਜਿਹੜਾ ਇਹ ਐਵਰੀਵੇਅਰ ਕੰਟੀਨਿਊਸ ਹੈ ਤਾਂ ਫਿਰ ਕਲੋਜ਼ ਇੰਟਰਵਲ 'ਤੇ ਵੀ ਕੰਟੀਨਿਊਸ ਹੀ ਹੋਏਗਾ। ਤਾਂ ਆਪਾਂ ਪਹਿਲਾ ਪੁਆਇੰਟ ਆਪਣਾ ਰੋਲਸ ਥਿਓਰਮ ਦਾ ਕਲੀਅਰ ਹੋ ਗਿਆ। ਜੇ ਇਹ ਫੰਕਸ਼ਨ ਪੋਲੀਨੋਮੀਅਲ ਐਵਰੀਵੇਅਰ ਡਿਫਰੈਂਸ਼ੀਏਬਲ ਫੰਕਸ਼ਨ ਹੈ ਤਾਂ ਫਿਰ ਇਹ ਓਪਨ ਇੰਟਰਵਲ ਮਾਈਨਸ 4 ਟੂ 2 'ਚ ਵੀ ਡਿਫਰੈਂਸ਼ੀਏਬਲ ਰਹੇਗਾ, ਕਿਉਂਕਿ ਐਵਰੀਵੇਅਰ ਹੈ ਤਾਂ ਇਸ ਇੰਟਰਵਲ 'ਤੇ ਵੀ ਡਿਫਰੈਂਸ਼ੀਏਬਲ ਰਹੇਗਾ ਹੀ ਰਹੇਗਾ। ਤੀਜਾ ਸਟੈਪ ਚੈੱਕ ਕਰਦੇ ਹਾਂ, ਫੰਕਸ਼ਨ 'ਚ ਮਾਈਨਸ 4 ਪੁੱਟ ਕੀਤਾ, ਕੈਲਕੂਲੇਸ਼ਨ ਕਰਕੇ ਇਹ ਆ ਗਿਆ ਜੀ 0। ਫਿਰ ਫੰਕਸ਼ਨ 'ਚ 2 ਪੁੱਟ ਕੀਤਾ ਕਿਉਂਕਿ ਲਾਸਟ ਪੁਆਇੰਟ ਪੁੱਟ ਕਰੀਦਾ, ਉਹ ਵੀ ਆ ਗਿਆ 0। ਤਾਂ ਦੋਨਾਂ ਦੀਆਂ ਵੈਲਿਊਜ਼ ਆ ਗਈਆਂ 0। ਠੀਕ ਹੈ ਜੀ, ਇਹਦਾ ਮਤਲਬ ਤਿੰਨੇ ਕੰਡੀਸ਼ਨਸ ਆਪਣੀਆਂ ਰੋਲਸ ਦੀਆਂ ਸੈਟੀਸਫਾਈ ਹੋ ਗਈਆਂ। ਤਾਂ ਆਪਾਂ ਲਿਖਾਂਗੇ, ਸਿੰਸ ਆਲ ਦਾ ਕੰਡੀਸ਼ਨਸ ਆਫ ਰੋਲਸ ਥਿਊਰਮ ਆਰ ਸੈਟੀਸਫਾਈਡ, ਦੇਅਰ ਫੋਰ There exists at least one C belonging to minus 4 to 2. ਉਹ ਕਿਵੇਂ ਲੱਭਦੇ ਹੁੰਦੇ ਹਾਂ ਆਪਾਂ? ਐਫ ਡੈਸ਼ ਸੀ ਨੂੰ ਇਕੁਅਲ ਟੂ 0 ਕਰਕੇ। ਤਾਂ ਐਫ ਡੈਸ਼ ਸੀ ਮਤਲਬ ਪਹਿਲਾਂ ਐਫ ਡੈਸ਼ ਐਕਸ ਕੱਢਣਾ ਸੀ ਆਪਾਂ, ਤਾਂ ਇਹਦਾ ਡੈਰੀਵੇਟਿਵ ਆ ਦੇਖੋ ਮੈਂ ਕਰ ਰੱਖਿਆ, ਐਫ ਡੈਸ਼ ਐਕਸ ਕਿੰਨਾ ਬਣ ਗਿਆ ਸੀ? 2x ਪਲੱਸ 2। ਤਾਂ ਐਫ ਡੈਸ਼ ਸੀ ਵਾਸਤੇ ਇੱਥੇ ਆਪਾਂ ਐਕਸ ਦੀ ਜਗ੍ਹਾ 'ਤੇ ਸੀ ਭਰਤਾ, ਤਾਂ ਬਣ ਗਿਆ 2c ਪਲੱਸ 2 ਇਜ ਇਕੁਅਲ ਟੂ 0। ਤਾਂ 2c ਆ ਗਿਆ ਮਾਈਨਸ 2 ਦੇ, c ਆ ਗਿਆ ਮਾਈਨਸ 1 ਦੇ, ਜਿਹੜਾ ਕਿ ਓਪਨ ਇੰਟਰਵਲ ਦੇ ਵਿੱਚ ਲਾਈ ਕਰ ਰਿਹਾ। ਇਹਦਾ ਮਤਲਬ ਰੋਲ ਥਿਓਰਮ ਹੈ ਜਿਹੜੀ ਵੈਰੀਫਾਈ ਹੋ ਗਈ, ਕਿਉਂਕਿ ਰੋਲ ਨੇ ਇਹੀ ਕਿਹਾ ਸੀਗਾ ਕਿ ਜੇ 3 ਕੰਡੀਸ਼ਨਸ ਪਾਸ ਹੋ ਜਾਣ ਤਾਂ ਘੱਟੋ ਘੱਟ 1c ਤੁਹਾਨੂੰ ਜ਼ਰੂਰ ਲੱਭੂਗਾ ਜਿਹੜਾ ਕਿ ਇਸ ਓਪਨ ਇੰਟਰਵਲ 'ਚ ਲਾਈ ਕਰੇਗਾ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਦੇਖਦੇ ਹਾਂ ਕੁਸ਼ਚਨ ਨੰਬਰ 2। Examine if Rolle's theorem is applicable to any of the following functions. Can you say something about the converse of Rolle's theorem for these examples? ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਸਟੂਡੈਂਟਸ ਨੂੰ ਕਿ ਜਿਨ੍ਹਾਂ ਨੇ ਕਨਵਰਸ ਵਾਲੀ ਜਿਹੜੀ ਵੀਡੀਓ ਹੈ ਨਹੀਂ ਦੇਖੀ ਉਹ ਜ਼ਰੂਰ ਦੇਖੋ ਆਈ ਬਟਨ 'ਤੇ ਕਲਿੱਕ ਕਰਕੇ, ਤਾਂ ਫਿਰ ਹੀ ਇਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਪਾਓਗੇ। ਠੀਕ ਹੈ ਜੀ, ਹੁਣ ਆਪਾਂ ਇੱਕ ਵਾਰੀ ਸਟਾਰਟ ਕਰਦੇ ਹਾਂ। ਤਾਂ ਪਹਿਲਾ ਪਾਰਟ ਕੀ ਹੈ ਇਹਦਾ? ਇੱਕ ਆਪਾਂ ਨੂੰ ਦਿੱਤਾ ਗ੍ਰੇਟੈਸਟ ਇੰਟੀਜਰ ਫੋਰ ਐਕਸ ਬਿਲੋਂਗਿੰਗ ਟੂ ਕਲੋਜ਼ ਇੰਟਰਵਲ 5 to 9। ਗ੍ਰੇਟੈਸਟ ਇੰਟੀਜਰ ਬਾਰੇ ਆਪਾਂ ਪੜ੍ਹਿਆ ਕਾਫੀ ਕਿ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੈ ਜਿਹੜਾ ਇਹ ਡਿਸਕੰਟੀਨਿਊਸ ਹੁੰਦਾ ਐਟ ਇੰਟੈਗਰਲ ਪੁਆਇੰਟਸ। ਮਤਲਬ ਇੰਟੀਜਰਸ ਹੁੰਦੇ ਜਿਹੜੇ ਉਹਨਾਂ 'ਤੇ ਇਹ ਫੰਕਸ਼ਨ ਕੀ ਹੈ? ਡਿਸਕੰਟੀਨਿਊਸ ਹੁੰਦਾ। ਉਹਦਾ ਆਪਾਂ ਗ੍ਰਾਫ ਵੀ ਦੇਖਿਆ, ਇੱਕ ਵਾਰੀ ਫਿਰ ਦੇਖ ਲੈਂਦੇ ਹਾਂ ਇੱਥੇ, ਇਹ ਗ੍ਰਾਫ ਬਣ ਗਿਆ ਉਹਦਾ। ਠੀਕ ਹੈ ਜੀ, ਡੋਟ ਵੀ ਇਨਕਲੂਡਿਡ ਹੈ, ਧਿਆਨ ਰੱਖਣਾ। ਤਾਂ ਇਹ ਫੰਕਸ਼ਨ ਆਪਾਂ ਦੇਖ ਰਹੇ ਹਾਂ, ਸਟੈਪ ਫੰਕਸ਼ਨ ਆਪਾਂ ਨੂੰ ਆਪ ਹੀ ਦਿਖ ਰਿਹਾ ਕਿ ਇਹ ਟੁੱਟ ਰਿਹਾ 6 'ਤੇ, ਟੁੱਟ ਰਿਹਾ 7 'ਤੇ, 8 'ਤੇ, 9 'ਤੇ। ਤਾਂ ਆਪਾਂ ਇਹਨੂੰ ਕੀ ਕਹਾਂਗੇ? ਫੰਕਸ਼ਨ ਹੈ ਜਿਹੜਾ ਡਿਸਕੰਟੀਨਿਊਸ ਹੈ ਕਿੱਥੇ? ਐਟ 6, 7, 8, 9। ਤਾਂ ਜੇ ਇਹ ਪਹਿਲੀ ਕੰਡੀਸ਼ਨ ਹੀ ਨਹੀਂ ਪਾਸ ਕਰ ਪਾਇਆਗਾ, ਕਿਉਂਕਿ ਪਹਿਲੀ ਕੰਡੀਸ਼ਨ ਹੁੰਦੀ ਹੈ ਆਪਣੀ ਰੋਲਸ ਦੀ ਕਿ ਕਲੋਜ਼ਡ ਇੰਟਰਵਲ ਦੇ ਵਿੱਚ ਫੰਕਸ਼ਨ ਕੀ ਹੋਣਾ ਚਾਹੀਦਾ? ਕੰਟੀਨਿਊਸ। ਬਟ ਇਹ ਤਾਂ ਕਲੋਜ਼ਡ ਇੰਟਰਵਲ ਦੇ ਵਿੱਚ ਆਪਾਂ ਨੂੰ ਕਿੰਨੀਆਂ ਵੈਲਿਊਜ਼ ਮਿਲ ਗਈਆਂ ਜਿੱਥੇ ਕਿ ਇਹ ਡਿਸਕੰਟੀਨਿਊਸ ਹੈ? ਤਾਂ ਫਿਰ ਆਪਾਂ ਕਹਾਂਗੇ ਕਿ ਰੋਲਸ ਥਿਓਰਮ ਤਾਂ ਐਪਲੀਕੇਬਲ ਹੀ ਨਹੀਂ ਹੈਗੀ, ਕਿਉਂਕਿ ਤਿੰਨੇ ਯੈਸ ਕਰਨਗੀਆਂ ਫਿਰ ਹੀ ਅੱਗੇ ਜਾਵਾਂਗੇ, ਇੱਥੇ ਤਾਂ ਪਹਿਲੀ ਵੀ ਨੋ ਕਰਤੀ ਆਪਾਂ ਨੂੰ, ਤਾਂ ਇਹਦਾ ਮਤਲਬ ਰੋਲਸ ਥਿਓਰਮ ਇਜ਼ ਨੋਟ ਐਪਲੀਕੇਬਲ। ਹੁਣ ਆਪਾਂ ਗੱਲ ਕਰਾਂਗੇ ਕਨਵਰਸ ਦੀ, ਇਹ ਥੋੜ੍ਹਾ ਧਿਆਨ ਨਾਲ ਸੁਣਨਾ। ਹੁਣ ਆਪਾਂ ਕਨਵਰਸ 'ਚ ਆਪਾਂ ਕਿਹਾ ਕਿ ਵੀ ਕੈਨ ਫਾਇੰਡ ਸੋ ਮੈਨੀ ਵੈਲਿਊਜ਼ ਆਫ ਸੀ ਬਿਲੋਂਗਿੰਗ ਟੂ ਓਪਨ ਇੰਟਰਵਲ 5 to 9 ਵੇਅਰ ਐਫ ਡੈਸ਼ ਸੀ ਇਜ਼ ਇਕੁਅਲ ਟੂ 0। ਇਹਨੂੰ ਸੁਣੋ ਧਿਆਨ ਨਾਲ,
ਇੱਥੇ ਹੁਣ ਜੇ ਮੈਂ ਗ੍ਰਾਫ ਦੀ ਗੱਲ ਕਰਾਂ ਤਾਂ ਇੱਥੇ ਮੰਨ ਲਓ ਮੈਂ ਕੋਈ ਪੁਆਇੰਟ ਹੈ ਉਹਦੇ ਉੱਪਰ ਟੈਂਜੈਂਟ ਬਣਾਵਾਂ ਤਾਂ ਉਹ ਟੈਂਜੈਂਟ ਕੀ ਬਣ ਜਾਏਗਾ? ਇਸੇ ਤਰ੍ਹਾਂ ਉਹ ਕੀ ਹੋ ਜਾਏਗਾ? ਐਕਸ ਐਕਸਿਸ ਦੇ ਪੈਰਲਲ। ਥੋੜ੍ਹਾ ਜਿਹਾ ਹੋਰ ਨੇੜੇ ਬਣਾਵਾਂ, ਉੱਥੇ ਵੀ ਐਕਸ ਐਕਸਿਸ ਦੇ ਪੈਰਲਲ। ਤਾਂ ਇਸ ਲਾਈਨ ਦੇ ਉੱਪਰ ਕਿੰਨੇ ਹੀ ਪੁਆਇੰਟਸ ਹੈ, ਲੱਖਾਂ ਕਰੋੜਾਂ ਅਣਗਿਣਤ ਪੁਆਇੰਟਸ ਹੈ, ਇੱਥੇ ਵੀ, ਇੱਥੇ ਵੀ, ਇੱਥੇ ਵੀ। ਉਹਨਾਂ ਦੇ ਉੱਪਰ ਮੈਂ ਜਦੋਂ ਟੈਂਜੈਂਟਸ ਬਣਾਊਂਗਾ ਤਾਂ ਉਹ ਐਕਸ ਐਕਸਿਸ ਦੇ ਪੈਰਲਲ ਆ ਜਾਣਗੇ। ਤਾਂ ਇਹਦਾ ਮਤਲਬ ਸੀ ਦੀਆਂ ਵੈਲਿਊਜ਼ ਕਿਹੜੀਆਂ, ਕਿੰਨੀਆਂ ਹੋ ਗਈਆਂ? ਅਣਗਿਣਤ ਵੈਲਿਊਜ਼ ਹੈ ਜਿੱਥੇ ਕਿ ਆਪਣੇ ਟੈਂਜੈਂਟ ਹੈ ਉਹ ਐਕਸ ਐਕਸਿਸ ਦੇ ਪੈਰਲਲ ਬਣਦੇ ਆ। ਠੀਕ ਹੈ, ਸੀ ਉਹੀ ਪੁਆਇੰਟ ਹੁੰਦਾ, ਆਪਾਂ ਸਮਝਿਆ ਵੇ ਪਿਛਲੇ ਲੈਕਚਰਾਂ 'ਚ ਕਿ ਜਿੱਥੇ ਟੈਂਜੈਂਟ ਹੈ ਜਿਹੜੇ ਐਕਸ ਐਕਸਿਸ ਦੇ ਪੈਰਲਲ ਹੁੰਦੇ। ਤਾਂ ਇੱਥੇ ਕਿੰਨੀਆਂ ਵੈਲਿਊਜ਼ ਹੈ ਸੀ ਦੀਆਂ? ਬਹੁਤ ਸਾਰੀਆਂ। ਠੀਕ ਹੈ ਜੀ, ਤਾਂ ਇੱਥੇ ਮੈਂ ਉਹੀ ਲਿਖਿਆ ਕਿ ਵੀ ਕੈਨ ਫਾਈਂਡ ਸੋ ਮੈਨੀ ਵੈਲਿਊਜ਼ ਆਫ ਸੀ ਬਿਲੋਂਗਿੰਗ ਟੂ ਓਪਨ ਇੰਟਰਵਲ 5 to 9 ਵੇਅਰ ਐਫ ਡੈਸ਼ ਸੀ ਇਜ਼ ਇਕੁਅਲ ਟੂ 0। ਬਟ ਬਾਈ ਗੈਟਿੰਗ ਵੈਲਿਊ ਜਾਂ ਵੈਲਿਊਜ਼ ਆਫ ਸੀ ਵੀ ਕਾਂਟ ਸੇ ਕੰਡੀਸ਼ਨਸ ਆਰ ਸੈਟਿਸਫਾਈਡ ਐਜ ਵੀ ਸੀਨ ਅਬਵ। ਤਾਂ ਇੱਥੇ ਇਹ ਕਿਹਾ ਜਾ ਰਿਹਾ ਕਿ ਜੇ ਆਪਾਂ ਨੂੰ ਸੀ ਦੀਆਂ ਵੈਲਿਊਜ਼ ਮਿਲਦੀਆਂ ਤਾਂ ਇਹਦਾ ਮਤਲਬ ਆਪਾਂ ਇਹ ਨਹੀਂ ਦਾਅਵਾ ਕਰ ਸਕਦੇ ਕਿ ਰੋਲਸ ਦੀਆਂ ਕੰਡੀਸ਼ਨਸ ਵੀ ਸੈਟਿਸਫਾਈ ਹੋਣੀਆਂ। ਕਨਵਰਸ ਦਾ ਮਤਲਬ ਕੀ ਹੁੰਦਾ? ਉਲਟਾ ਦਾਅਵਾ ਕਰਨਾ। ਤਾਂ ਸੀ ਦੀਆਂ ਵੈਲਿਊਜ਼ ਮਿਲਣ ਤੋਂ ਬਾਅਦ ਆਪਾਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਕੰਡੀਸ਼ਨਸ ਸਾਰੀਆਂ ਸੈਟਿਸਫਾਈ ਹੋਣਗੀਆਂ ਹੀ ਹੋਣਗੀਆਂ, ਬਿਕੋਜ਼ ਕਿ ਆਪਾਂ ਚੈੱਕ ਵੀ ਕਰ ਚੁੱਕੇ ਹਾਂ। ਦੇਖੋ, ਕੰਡੀਸ਼ਨ ਤਾਂ ਪਹਿਲੀ ਫੇਲ ਹੋ ਗਈ ਸੀ ਇੱਥੇ, ਤਾਂ ਫਿਰ ਸਾਰੀਆਂ ਕੰਡੀਸ਼ਨਸ ਕਿੱਥੋਂ ਸੈਟਿਸਫਾਈ ਹੋ ਜਾਣਗੀਆਂ? ਪਹਿਲੀ ਫੇਲ ਹੋ ਗਈ ਸੀ। ਤਾਂ ਆਪਾਂ ਕੀ ਕਹਾਂਗੇ ਕਿ ਕਨਵਰਸ ਹੈ ਜਿਹੜਾ ਉਹ ਟ੍ਰੂ ਨਹੀਂ ਹੈਗਾ। ਮਤਲਬ ਸੀ ਦੀਆਂ ਵੈਲਿਊਜ਼ ਮਿਲ ਗਈਆਂ ਆਪਾਂ ਨੂੰ ਭਾਵੇਂ ਬਹੁਤ ਸਾਰੀਆਂ, ਬਟ ਰੋਲਸ ਦੀਆਂ ਕੰਡੀਸ਼ਨਸ ਨਹੀਂ ਸੈਟਿਸਫਾਈ ਹੋ ਰਹੀਆਂ ਗੀਆਂ। ਠੀਕ ਹੈ, ਤਾਂ ਕਨਵਰਸ ਕੀ ਕਹਾਂਗੇ? ਨੋਟ ਟ੍ਰੂ। ਓਕੇ, ਹੁਣ ਇਹਦਾ ਦੇਖਦੇ ਨੈਕਸਟ ਪਾਰਟ, ਉਹ ਵੀ ਸੇਮ ਹੀ ਹੈ ਕਿਉਂਕਿ ਗ੍ਰੇਟੈਸਟ ਇੰਟੀਜਰ 'ਤੇ ਬੇਸਡ ਹੀ ਹੈ। ਇਸੇ ਕੁਸ਼ਚਨ ਦਾ ਸੈਕਿੰਡ ਪਾਰਟ, ਇੰਟਰਵਲ ਆਪਾਂ ਨੂੰ ਬਦਲਤਾ ਉਹਨੇ -2 to 2 ਕਰਤਾ ਕਲੋਜ਼ ਇੰਟਰਵਲ। ਠੀਕ ਹੈ ਜੀ, ਤਾਂ ਹੁਣ ਇੱਥੇ ਦੇਖੀਏ, ਵੀ ਨੋ ਦੈਟ ਗ੍ਰੇਟੈਸਟ ਇੰਟੀਜਰ ਫੰਕਸ਼ਨ ਇਜ਼ ਡਿਸਕੰਟੀਨਿਊਸ ਐਟ ਇੰਟੈਗਰਲ ਪੁਆਇੰਟਸ, ਜੋ ਕਿ ਆਪਾਂ ਪਿਛਲੇ ਕੁਸ਼ਚਨ 'ਚ ਗੱਲ ਕੀਤੀ ਸੀ। ਤਾਂ ਇਹਦਾ ਮਤਲਬ ਇਹ ਕੀ ਹੈ? ਡਿਸਕੰਟੀਨਿਊਸ ਹੈ। ਕਿਹੜੇ ਇੰਟੈਗਰਲ ਵੈਲਿਊਜ਼ ਹੈ? -1, 0, 1, 2। ਦੇਖੋ, ਮੈਂ ਗ੍ਰਾਫ ਬਣਾਇਆ ਤਾਂ ਇੱਥੇ ਆਪਾਂ ਨੂੰ ਪਤਾ ਲੱਗ ਰਿਹਾ -1 'ਤੇ ਜੰਪ ਆ ਰਿਹਾ ਹੈ, 0 'ਤੇ ਜੰਪ ਹੈ, 1 'ਤੇ ਜੰਪ ਹੈ, 2 'ਤੇ ਜੰਪ ਹੈ। ਇਹਦਾ ਮਤਲਬ ਇਹਨਾਂ ਵੈਲਿਊਜ਼ 'ਤੇ ਫੰਕਸ਼ਨ ਆਪਣਾ ਡਿਸਕੰਟੀਨਿਊਸ ਹੈ। ਇਹਦਾ ਮਤਲਬ ਪਹਿਲੀ ਕੰਡੀਸ਼ਨ ਹੀ ਰੋਜ਼ ਸੀਰਮ ਦੀ ਬ੍ਰੇਕ ਹੋ ਗਈ, ਹੈ ਨਾ, ਮਤਲਬ ਟੁੱਟ ਗਈ ਜਾਂ ਯੈਸ ਨਹੀਂ ਹੋ ਪਾਈ ਆਪਾਂ ਕਹਿ ਸਕਦੇ ਹਾਂ। ਇਹਦਾ ਮਤਲਬ ਰੋਜ਼ ਥਿਊਰਮ ਹੈ ਜਿਹੜੀ ਐਪਲੀਕੇਬਲ ਨਹੀਂ ਹੈਗੀ ਕਿਉਂਕਿ ਪਹਿਲੀ ਕੰਡੀਸ਼ਨ 'ਤੇ ਹੀ ਨੋ ਹੋ ਗਈ ਆਪਣੇ। ਓਕੇ, ਤਾਂ ਹੁਣ ਕਨਵਰਸ ਦੀ ਗੱਲ ਕਰੀਏ। ਉਸੇ ਤਰ੍ਹਾਂ ਹੀ ਆਪਾਂ ਕਹਾਂਗੇ ਕਿ ਗ੍ਰਾਫ ਦੇ ਉੱਪਰ ਦੇਖੋ, ਮੰਨ ਲਓ ਮੈਂ ਇੱਥੇ ਕਹਾਂ ਇੱਕ ਪੁਆਇੰਟ ਇੱਥੇ ਮਾਰਕ ਕਰਕੇ ਤਾਂ ਉੱਥੇ ਟੈਂਜੈਂਟ ਖਿੱਚੂੰਗਾ, ਉਹ ਐਕਸ ਐਕਸਿਸ ਦੇ ਪੈਰਲ ਬਣ ਜੂ। ਫਿਰ ਥੋੜ੍ਹਾ ਜਿਹਾ ਨੇੜੇ ਹੋਰ ਖਿੱਚੂੰਗਾ, ਉੱਥੇ ਵੀ ਟੈਂਜੈਂਟ ਐਕਸ ਐਕਸਿਸ ਦੇ ਪੈਰਲ। ਤਾਂ ਇਸ ਤਰ੍ਹਾਂ ਬਹੁਤ ਸਾਰੇ ਸੀ ਮਿਲ ਜਾਣਗੇ, ਇੱਥੇ ਵੀ, ਇੱਥੇ ਵੀ, ਜਿਨ੍ਹਾਂ 'ਤੇ ਕਿ ਮੈਂ ਟੈਂਜੈਂਟ ਸਲੋ ਕਰੂੰਗਾ ਤਾਂ ਐਕਸ ਐਕਸਿਸ ਦੇ ਪੈਰਲ ਬਣ ਜਾਣਗੇ। ਅਣਗਿਣਤ ਹੀ ਹੋਣਗੀਆਂ ਸੀ ਦੀਆਂ ਵੈਲਿਊਜ਼। ਬਟ ਸੀ ਦੀਆਂ ਵੈਲਿਊਜ਼ ਮਿਲਣ ਤੋਂ ਬਾਅਦ ਆਪਾਂ ਇਹ ਨਹੀਂ ਕਹਿ ਸਕਦੇ ਕਿ ਰੋਲ ਦੀਆਂ ਕੰਡੀਸ਼ਨ ਸੈਟਿਸਫਾਈ ਹੋਣਗੀਆਂ ਹੀ ਹੋਣਗੀਆਂ। ਠੀਕ ਹੈ, ਕਨਵਰਸ ਦਾ ਮਤਲਬ ਹੁੰਦਾ ਉਲਟਾ ਆਪਾਂ ਦੇਖਣਾ, ਉਲਟਾ ਦਾਅਵਾ ਕਰ ਸਕਦੇ ਹਾਂ ਕਿ ਨਹੀਂ, ਨਹੀਂ ਕਰ ਸਕਦੇ। ਕਿਉਂਕਿ ਆ ਦੇਖੋ, ਆਪਾਂ ਨੂੰ ਪਤਾ ਕਿ ਫੰਕਸ਼ਨ 'ਚ ਤਾਂ ਪਹਿਲੀ ਕੰਡੀਸ਼ਨ ਹੀ ਬ੍ਰੇਕ ਹੋ ਗਈ ਸੀ ਕੰਟੀਨਿਊਟੀ ਵਾਲੀ। ਤਾਂ ਇੱਥੇ ਆਪਾਂ ਹੁਣ ਮੈਨੂੰ ਪੜ੍ਹਦੇ ਹਾਂ, ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ। ਵੀ ਕੈਨ ਫਾਈਂਡ ਸੋ ਮੈਨੀ ਵੈਲਿਊਜ਼ ਆਫ ਸੀ ਬਿਲੋਂਗਿੰਗ ਟੂ ਓਪਨ ਇੰਟਰਵਲ -2 to 2 ਵੇਅਰ ਐਫ ਡੈਸ਼ ਸੀ ਇਜ਼ ਇਕੁਅਲ ਟੂ 0। ਮਤਲਬ ਸੀ ਦੀਆਂ ਬਹੁਤ ਸਾਰੀਆਂ ਵੈਲਿਊ ਲੱਭ ਸਕਦੇ ਹਾਂ ਜਿੱਥੇ ਕਿ ਟੈਂਜੈਂਟ ਖਿੱਚਾਂਗੇ ਤਾਂ ਐਕਸ ਐਕਸਿਸ ਦੇ ਪੈਰਲਲ ਮਿਲ ਜਾਣਗੇ। ਬਟ ਬਾਈ ਗੈਟਿੰਗ ਵੈਲਿਊ ਜਾਂ ਵੈਲਿਊਜ਼ ਆਫ ਸੀ ਵੀ ਕਾਂਟ ਸੇ ਕੰਡੀਸ਼ਨ ਆਫ ਰੋਲਸ ਥਿਊਰਮ ਆਰ ਸੈਟਿਸਫਾਈਡ ਐਸ ਵੀ ਸੀਨ ਅਬਵ। ਸੀ ਦੀਆਂ ਵੈਲਿਊਜ਼ ਮਿਲਣ ਤੋਂ ਬਾਅਦ ਨਹੀਂ ਦਾਅਵਾ ਕਰਨਾ ਕਿ ਰੋਲ ਦੀਆਂ ਕੰਡੀਸ਼ਨਾਂ ਪੂਰੀਆਂ ਹੋ ਜਾਣਗੀਆਂ, ਜਿਵੇਂ ਕਿ ਆਪਾਂ ਦੇਖ ਹੀ ਚੁੱਕੇ ਹਾਂ ਨਹੀਂ ਹੋ ਰਹੀਆਂ ਪੂਰੀਆਂ। ਸੋ ਕਨਵਰਸ ਇਜ਼ ਨੋਟ ਟਰੂ। ਓਕੇ, ਲੈਟਸ ਮੂਵ ਟੂ ਦਾ ਲਾਸਟ ਪਾਰਟ ਆਫ ਦਿਸ ਕੁਸ਼ਚਨ, ਵਿਚ ਇਜ਼ ਐਫ ਓਫ ਐਕਸ ਇਜ਼ ਐਕਸ ਸਕੁਅਰ -1 ਓਨ ਕਲੋਜ਼ ਇੰਟਰਵਲ 1 to 2। ਇਹ ਆਪਾਂ ਨੂੰ ਪਤਾ ਪੋਲੀਨੋਮੀਅਲ ਫੰਕਸ਼ਨ ਹੈ, ਐਵਰੀਵੇਅਰ ਕੰਟੀਨਿਊਸ ਹੁੰਦਾ, ਐਵਰੀਵੇਅਰ ਡਿਫਰੈਂਸ਼ੀਏਬਲ ਹੁੰਦਾ। ਤਾਂ ਇਸੇ 'ਤੇ ਬੇਸਡ ਆਪਾਂ ਬੋਲ ਸਕਦੇ ਹਾਂ ਪਹਿਲਾ ਸਟੈਪ ਕਿ ਜੇ ਇਹ ਐਵਰੀਵੇਅਰ ਕੰਟੀਨਿਊਸ ਹੈ ਤਾਂ ਫਿਰ ਕਲੋਜ਼ ਇੰਟਰਵਲ 'ਚ ਵੀ ਕੰਟੀਨਿਊਸ ਹੋਏਗਾ। ਜੇ ਐਵਰੀਵੇਅਰ ਡਿਫਰੈਂਸ਼ੀਏਬਲ ਹੈ
ਤਾਂ ਇਸ ਓਪਨ ਇੰਟਰਵਲ 'ਚ ਵੀ ਡਿਫਰੈਂਸ਼ੀਏਬਲ ਹੋਏਗਾ। ਥਰਡ ਚੈੱਕ ਕਰਦੇ ਹਾਂ, ਕਿਉਂਕਿ ਦੋ ਤਾਂ ਕ੍ਰੋਸ ਹੋ ਗਈਆਂ ਹੁਣ ਆਪਣੀਆਂ, ਥਰਡ ਵਾਸਤੇ ਕੀ ਕਰਦੇ ਹਾਂ, ਇਹਦੇ 'ਚ ਵਨ ਭਰਾਂਗੇ, ਆ ਦੇਖੋ ਵਨ ਭਰਿਆ ਬਣ ਗਿਆ ਜ਼ੀਰੋ, ਫਿਰ ਇਹਦੇ 'ਚ ਟੂ ਭਰਾਂਗੇ, ਟੂ ਭਰ ਕੇ ਕਿੰਨਾ ਆ ਗਿਆ ਥ੍ਰੀ, ਮਤਲਬ ਐੱਫ ਓਫ ਵਨ ਅਤੇ ਐੱਫ ਓਫ ਟੂ ਦੀਆਂ ਵੈਲਿਊਜ਼ ਨਹੀਂ ਸੇਮ ਆ ਰਹੀਆਂ, ਤਾਂ ਤੀਜੀ ਕੰਡੀਸ਼ਨ ਇੱਥੇ ਜਿਹੜੀ ਰੋਲਸ ਦੀ ਆ ਉਹ ਬ੍ਰੇਕ ਹੋ ਗਈ ਆਪਣੀ। ਠੀਕ ਹੈ, ਆਪਾਂ ਇੱਥੇ ਲਿਖਾਂਗੇ ਹੇਅਰ ਐੱਫ ਓਫ ਐਕਸ ਡਸ ਨੋਟ ਸੈਟਿਸਫਾਈ ਆਲ ਦਾ ਕੰਡੀਸ਼ਨਸ, ਕਿਉਂ, ਕਿਉਂਕਿ ਤੀਸਰੀ ਕੰਡੀਸ਼ਨ ਨਹੀਂ ਨਾ ਸੈਟਿਸਫਾਈ ਹੋਈ, ਸੋ ਰੋਲਸ ਥਿਊਰਮ ਇਜ਼ ਨੋਟ ਐਪਲੀਕੇਬਲ, ਤਾਂ ਰੋਲਸ ਥਿਊਰਮ ਨਹੀਂ ਅਪਲਾਈ ਹੋਏਗੀ, ਕਿਉਂਕਿ ਪਹਿਲੇ ਪਾਰਟ 'ਚ ਉਹ ਇਹੀ ਪੁੱਛਦਾ ਕਿ ਰੋਲਸ ਥਿਊਰਮ ਬਾਰੇ ਤੁਸੀਂ ਕੀ ਕਹੋਗੇ। ਠੀਕ ਹੈ ਜੀ, ਤਾਂ ਆਪਾਂ ਲਿਖਤਾ ਕਿ ਰੋਲ ਥਿਊਰਮ ਨਹੀਂ ਅਪਲਾਈ ਹੋ ਸਕਦੇਗੀ। ਕਨਵਰਸ ਦੀ ਗੱਲ ਕਰੀਏ ਤਾਂ ਪਹਿਲਾਂ ਇਹਦਾ ਡੈਰੀਵੇਟਿਵ ਕਰੀਏ, ਇਹਦਾ ਡੈਰੀਵੇਟਿਵ ਕਿੰਨਾ ਆ ਗਿਆ 2x, ਤਾਂ ਹੁਣ c ਦੀਆਂ ਵੈਲਿਊਜ਼ ਲੱਭੀਏ ਆਪਾਂ ਐਫ ਡੈਸ਼ ਸੀ ਨੂੰ 0 ਦੇ ਬਰਾਬਰ ਕਰਕੇ, ਇਹਦੇ 'ਚ ਸੀ ਭਰਿਆ ਤਾਂ 2c ਇਜ਼ ਇਕਲ ਟੂ 0, ਸੀ ਕਿੰਨਾ ਆ ਗਿਆ 0, ਤਾਂ ਸੀ ਤਾਂ ਇਹਦੇ ਵਿੱਚ ਹੀ ਨਹੀਂ ਲਾਈ ਕੀਤਾ ਗਾ। ਜੇ ਪਹਿਲਾਂ ਸੀ ਓਪਨ ਇੰਟਰਵਲ 'ਚ ਲਾਈ ਕਰੂਗਾ ਤਾਂ ਹੀ ਆਪਾਂ ਉਹਦੇ ਕਨਵਰਸ ਦੀ ਗੱਲ ਕਰ ਪਾਵਾਂਗੇ ਨਾ। ਕਨਵਰਸ ਦਾ ਮਤਲਬ ਹੁੰਦਾ ਉਲਟਾ, ਪਹਿਲਾਂ ਸੀ ਦੀਆਂ ਵੈਲਿਊਜ਼ ਆਉਣ, ਜਿਵੇਂ ਪਿਛਲੇ ਦੋ ਕੁਸ਼ਚਨਾਂ 'ਚ ਸੀ ਦੀਆਂ ਬਹੁਤ ਸਾਰੀਆਂ ਵੈਲਿਊਜ਼ ਆ ਰਹੀਆਂ ਸੀ ਤਾਂ ਆਪਾਂ ਕਨਵਰਸ ਬਾਰੇ ਚਰਚਾ ਕਰਦੇ ਸੀਗੇ, ਇੱਥੇ ਤਾਂ ਸੀ ਵਿਚਾਰਾ ਆਪ ਹੀ ਹੈ ਜਿਹੜਾ ਇੰਟਰਵਲ 'ਚ ਹੀ ਨਹੀਂ ਆ ਰਿਹਾ ਗਾ। ਠੀਕ ਹੈ, ਤਾਂ ਇੱਥੇ ਤਾਂ ਫਿਰ ਕਨਵਰਸ ਦਾ ਸਵਾਲ ਹੀ ਨਹੀਂ ਪੈਦਾ ਹੋਇਆ, ਤਾਂ ਇੱਥੇ ਮੈਂ ਉਹੀ ਲਿਖਿਆ, ਇਹਨੂੰ ਨੋਟ ਕਰੋ ਅੱਛੀ ਤਰ੍ਹਾਂ। ਹੇਅਰ ਵੀ ਕੈਨੋਟ ਟਾਕ ਅਬਾਊਟ ਕਨਵਰਸ ਬਿਕੋਜ਼ ਵੀ ਡਿਡਨਟ ਈਵਨ ਗੈਟ ਸੀ ਬਿਲੋਂਗਸ ਟੂ ਓਪਨ ਇੰਟਰਵਲ 1 to 2, ਕਿ ਸੀ ਤਾਂ ਲੱਭੀ ਨਹੀਂ ਗਈ ਆਪਾਂ ਨੂੰ। ਠੀਕ ਹੈ, ਫਿਰ ਕਾਹਦਾ ਕਨਵਰਸ ਹੋਇਆ ਇਹਦਾ, ਪਹਿਲਾਂ ਸੀ ਲੱਭੇ ਫਿਰ ਹੀ ਕਹਾਂਗੇ। ਸੋ ਹੇਅਰ ਇਨ ਦਿਸ ਕੁਸ਼ਚਨ ਕਨਵਰਸ ਦੀ ਕਹਿੰਦਾ ਕੋਈ ਗੱਲ ਹੀ ਨਹੀਂ ਪੈਦਾ ਹੁੰਦੀਗੀ, ਸੋ ਨੋ ਕੁਸ਼ਚਨ ਆਫ ਕਨਵਰਸ ਅਰਾਈਜ਼ਸ ਹੇਅਰ। ਠੀਕ ਹੈ ਜੀ, ਓਕੇ, ਹੁਣ ਆਪਾਂ ਇਹ ਕੁਸ਼ਚਨ ਖਤਮ ਕਰਨ ਤੋਂ ਬਾਅਦ ਇੱਕ ਹੋਮਵਰਕ ਵਾਸਤੇ ਕੁਸ਼ਚਨ ਦੇਖੋ, ਜਿਹੜਾ ਕਿ ਤੁਸੀਂ ਕਮੈਂਟ ਬਾਕਸ 'ਚ ਲਿਖ ਕੇ ਦੱਸੋਗੇ। ਐੱਫ ਓਫ ਐਕਸ ਮੈਂ ਲਿਖਿਆ ਹੈ ਮੋਡੂਲਸ ਆਫ ਫੰਕਸ਼ਨ ਐਕਸ, ਇੰਟਰਵਲ ਦੇਖ ਲਓ ਕਲੋਜ਼ਡ ਇੰਟਰਵਲ -2 to 2, ਕਲੋਜ਼ਡ ਇੰਟਰਵਲ -2 to 2, ਰਾਈਟ ਅਬਾਊਟ ਇਟਸ ਕਨਵਰਸ ਇਨ ਕਮੈਂਟ ਬਾਕਸ। ਜਿਵੇਂ ਤੁਸੀਂ ਇਹ ਸਮਝੇ ਤਿੰਨ ਕੁਸ਼ਚਨਸ, ਤਾਂ ਇਸ ਤੋਂ ਬਾਅਦ ਤੁਸੀਂ ਇਹਦੇ ਬਾਰੇ ਵੀ ਕੁਛ ਨਾ ਕੁਛ ਬਹੁਤ ਅੱਛਾ ਲਿਖ ਪਾਓਗੇ, ਉਮੀਦ ਹੈ। ਠੀਕ ਹੈ ਜੀ, ਮੈਂ ਚੈੱਕ ਕਰਾਂਗਾ, ਫਿਰ ਉਹਨਾਂ ਦਾ ਰਿਪਲਾਈ ਕਰਾਂਗਾ ਕਿ ਕਿਹੜੇ ਬੱਚਿਆਂ ਨੇ ਬਹੁਤ ਅੱਛਾ ਐਕਸਪਲੇਨ ਕੀਤਾ। ਸੋ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ।